सत श्री अकाल किसान वीरो, उम्मीद करदा तुसी सारे तंदुरुस्त ते सेहतमंद होवोगे। किसान वीरो, जिवें कि आपां देखिया है इस वारी DAP दी उपलब्धता काफ़ी घट रही है अते उहदी उपलब्धता ना होण करके बहुत सारे किसान वीरां ने कणक दी बिजाई वेले DAP खाद नहीं पा सके अते कुछ कु किसान वीरां ने उहदी जगह ते NPK खाद भी पाई है अते कई वीरां नूं NPK खाद भी नहीं मिली। ਤਾਂ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਹੁਣ ਆਪਾਂ ਮੌਕੇ 'ਤੇ ਕਿਹੜੀ ਖਾਦ ਦਾ ਜਾਂ ਕਿਹੜਾ ਤਰੀਕਾ ਵਰਤ ਕੇ ਆਪਣੇ ਫਾਸਫੋਰਸ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ ਜਿਹਦੇ ਨਾਲ ਆਪਣੀ ਕਣਕ ਦਾ ਜੋ ਝਾੜ ਹੈ ਉਹ ਨਾ ਘਟੇ ਅਤੇ ਆਪਾਂ ਵਧੀਆ ਝਾੜ ਉਹਦੇ ਤੋਂ ਲੈ ਸਕੀਏ। ਸੋ ਕਿਸਾਨ ਵੀਰੋ, ਜੇਕਰ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਰੈੱਡ ਬਟਨ ਪ੍ਰੈੱਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ। ਕਿਸਾਨ ਵੀਰੋ, ਜਿਹੜੇ ਕਿਸਾਨ ਵੀਰਾਂ ਨੇ DAP ਖਾਦ ਖੇਤ 'ਚ 45 ਤੋਂ 55 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾਈ ਸੀ ਤਾਂ ਉਹ ਹੁਣ ਯੂਰੀਆ ਖਾਦ ਖੇਤ 'ਚ ਪਾਉਣ ਦੀ ਉਹਨਾਂ ਨੂੰ ਲੋੜ ਹੈ ਅਤੇ ਜੇਕਰ ਤੁਸੀਂ ਬਿਜਾਈ ਵੇਲੇ NPK 12-32-16 ਦੀ ਲਗਭਗ 78 ਕਿਲੋ ਮਾਤਰਾ ਖੇਤ ਵਿੱਚ ਬਿਜਾਈ ਵੇਲੇ ਪਾਈ ਹੈ ਤਾਂ ਤੁਹਾਡੀ ਫੋਸਫੋਰਸ ਦੀ ਮਾਤਰਾ ਪੂਰੀ ਹੋ ਗਈ ਹੈ ਤਾਂ ਤੁਹਾਨੂੰ ਹੋਰ ਕੋਈ ਉਪਰਾਲਾ ਕਰਨ ਦੀ ਲੋੜ ਨਹੀਂ। ਅਤੇ ਜੇਕਰ ਤੁਸੀਂ ਸਿੰਗਲ ਸੁਪਰ ਫੋਸਫੇਟ ਦੀ ਲਗਭਗ 150 ਕਿਲੋ ਮਾਤਰਾ ਪਾਈ ਹੈ ਤਾਂ ਤੁਹਾਡੀ ਫੋਸਫੋਰਸ ਦੀ ਮਾਤਰਾ ਪੂਰੀ ਹੋ ਗਈ ਹੈ। ਵੈਸੇ ਤਾਂ ਕਿਸਾਨ ਵੀਰੋ, ਜਿਹੜਾ ਫੋਸਫੋਰਸ ਖਾਦ ਜਾਂ ਤੱਤ ਹੁੰਦਾ ਹੈ ਬੂਟਾ ਉਹਨੂੰ ਆਪਦੀ ਜੜ੍ਹ ਦੇ ਰਾਹੀਂ ਲੈਂਦਾ ਹੈ ਅਤੇ ਆਪਾਂ ਜੇ ਬਿਜਾਈ ਦੇ ਸਮੇਂ ਇਹਨੂੰ ਪਾਈਏ ਤਾਂ ਉਹਦਾ ਅਸਰ ਜ਼ਿਆਦਾ ਰਹਿੰਦਾ। ਪਰ ਜਿਹੜੇ ਕਿਸਾਨ ਵੀਰਾਂ ਨੇ ਹੁਣ DAP ਪਾਉਣੀ ਹੈ ਤਾਂ ਉਹ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦੇ ਦੇਣ ਤਾਂ ਕਿ ਜਿੰਨਾ ਹੋ ਸਕੇ DAP ਖਾਦ ਪਾਣੀ ਰਾਹੀਂ ਥੱਲੇ ਚਲੀ ਜਾਏ ਅਤੇ ਬੂਟੇ ਉਹਨੂੰ ਆਸਾਨੀ ਨਾਲ ਜੜ੍ਹ ਦੇ ਰਾਹੀਂ ਲੈ ਸਕਣ। ਅਤੇ ਦੂਜਾ ਆਪਾਂ ਕੀ ਕਰ ਸਕਦੇ ਹਾਂ ਕਿ NPK ਖਾਦ ਦੀ 2-3 ਵਾਰੀ ਪਾਣੀ ਲਾਉਣ ਤੋਂ ਪਹਿਲਾਂ ਸਪਰੇਅ ਕਰ ਸਕਦੇ ਹਾਂ ਤਾਂ ਕਿ ਜਿੰਨਾ ਹੋ ਸਕੇ ਬੂਟੇ ਫੋਸਫੋਰਸ ਖਾਦ ਨੂੰ ਪੱਤਿਆਂ ਦੇ ਰਾਹੀਂ ਲੈ ਸਕਣ। ਬਾਕੀ ਕਿਸਾਨ ਵੀਰੋ, ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਜਿਹੜੇ DAP ਜਾਂ SSP ਖਾਦ ਨਰਮੇ ਜਾਂ ਝੋਨੇ ਵਿੱਚ ਆਪਾਂ ਪਾਈ ਹੈ ਤਾਂ ਉਹ ਮਿੱਟੀ ਦੇ ਨਾਲ ਉਵੇਂ ਹੀ ਜੰਮੀ ਰਹਿ ਜਾਂਦੀ ਹੈ, ਉਹ ਪੂਰਾ ਬੂਟਾ ਉਹਨੂੰ ਪਿਛਲੀ ਫਸਲ ਦਾ ਉਹਨੂੰ ਯੂਟੀਲਾਈਜ਼ ਨਹੀਂ ਕਰ ਪਾਉਂਦਾ ਤਾਂ ਆਪਣੇ ਖੇਤ ਵਿੱਚ ਪਹਿਲੇ ਹੀ ਮਾਤਰਾ ਕਾਫੀ ਪਈ ਹੈ ਫੋਸਫੋਰਸ ਖਾਦ ਦੀ। ਸੋ ਉਹ ਮਾਤਰਾ ਆਪਣੀ ਕਣਕ ਜੋ ਹੈ ਜੜ ਰਾਹੀਂ ਉਹਨੂੰ ਲੈ ਲਵੇਗੀ। ਅਤੇ ਇਹਦੇ ਨਾਲ ਹੀ ਇੱਕ ਮਾਈਕੋਰਾਜਾ ਆਉਂਦਾ ਹੈ ਜੋ ਆਪਾਂ ਜੇ DAP ਨਾਲ ਬਿਜਾਈ ਨਹੀਂ ਕੀਤੀ ਤਾਂ ਉਹਨੂੰ ਆਪਾਂ ਪਾ ਸਕਦੇ ਹਾਂ ਤਾਂ ਜੋ ਪਹਿਲੇ ਪਈ ਹੋਈ DAP ਜਾਂ ਫੋਸਫੋਰਸ ਦੇ ਤੱਤ ਨੇ ਆਪਣੀ ਮਿੱਟੀ ਵਿੱਚ ਉਹ ਆਸਾਨੀ ਨਾਲ ਬੂਟਾ ਉਹਨੂੰ ਲੈ ਸਕੇ ਅਤੇ ਆਪਣੀ ਜੋ ਕਣਕ ਦੀ ਹੈ ਉਹ ਜੜ੍ਹ ਵੀ ਮਜ਼ਬੂਤ ਹੋਏਗੀ। ਸੋ ਕਿਸਾਨ ਵੀਰੋ, ਉਮੀਦ ਕਰਦੇ ਹਾਂ ਤੁਹਾਡੀ ਫਸਲ ਚੰਗੀ ਹੋਏਗੀ। ਜੇਕਰ ਤੁਹਾਨੂੰ ਕੋਈ ਹੋਰ ਜਾਣਕਾਰੀ ਕਿਸੇ ਵੀ ਫਸਲ ਬਾਰੇ ਚਾਹੀਦੀ ਹੈ ਤਾਂ ਕਿਰਪਾ ਕਰਕੇ ਕਮੈਂਟ 'ਚ ਜ਼ਰੂਰ ਪੁੱਛੋ ਅਤੇ ਵੀਡੀਓ ਜੇ ਚੰਗੀ ਲੱਗੀ ਤਾਂ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਲਾਹਾ ਲੈ ਸਕਣ। ਅਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ, ਤੁਹਾਡਾ ਦਿਨ ਸ਼ੁਭ ਹੋਵੇ।